ਜੇ ਜੇਲ੍ਹਾਂ ਕੱਟੀਆਂ ਨੇ ਇਹਨਾਂ ਨੇ, ਇਹਨਾਂ ਪੰਥ ਨੇ ਇਹਨਾਂ ਨੂੰ ਕਈ ਵਾਰੀ ਮੁੱਖ ਮੰਤਰੀ ਬਣਾਤਾ, ਕਈ ਵਾਰੀ ਰਾਜ ਭਾਗ ਦੇਤਾ, ਹੁਣ ਕੀ ਭਾਲਦੇ ਨੇ ਇਹ? ਹੁਣ ਤਾਂ ਖੇੜਾ ਛੱਡ ਦੇਣਾ, ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕਰਤਾ। ਬੰਦੀ ਸਿੰਘ ਇਹਨਾਂ ਨੇ ਛੱਡਣ ਦਿੱਤੇ ਤੇ ਉਹਨਾਂ ਸਰਕਾਰਾਂ 'ਤੇ ਉਦੋਂ ਕੋਈ ਕਹਿੰਦਾ ਨਹੀਂ ਸੀ, ਅੱਜ ਇਹਨੂੰ ਬੰਦੀ ਸਿੰਘ ਵੀ ਯਾਦ ਆਉਂਦੇ ਨੇ। ਅਤੇ ਬੇਅਦਬੀਆਂ ਦਾ ਮਸਲਾ ਇਹਨਾਂ ਦੇ ਰਾਜ ਦੇ ਵਿੱਚ ਹੀ ਬੇਅਦਬੀ ਹੋਈ ਸੀ, ਉਹ ਤਾਂ ਕਹਿੰਦੇ ਸਾਨੂੰ ਕੀੜੀ ਤੂੜੀ ਤਾਂ ਆਉਂਦੀ ਦਿੰਦੀ, ਹੁਣ ਬੇਅਦਬੀ ਦਾ ਦੋਸ਼ੀ ਕਿਉਂ ਨਹੀਂ ਲੱਭੇ? ਹੁਣ ਪੰਥ ਦੇ ਹੱਕ ਦੇ ਵਿੱਚ ਹਵਾ ਵਗੀ ਆ, ਅਸਲ ਪੰਥ ਇਹ ਆ, ਬਾਦਲ ਕਹਿਣ ਉਹਨਾਂ ਤੁਸੀਂ ਪੰਥ ਕਹੋ, ਉਹ ਤਾਂ ਕਾਲੀ ਦਾਲ ਹੀ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਜ ਟੀ ਵੀ ਨਾਲ ਜੁੜੇ ਹੋਏ ਹੋ। ਇਸ ਵਕਤ ਫਰੀਦਕੋਟ ਹਲਕੇ ਦੇ ਵਿੱਚ ਮੌਜੂਦ ਹਾਂ, ਜਿੱਥੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇੱਕ ਵੱਡਾ ਜਿਹੜਾ ਕਾਫਲਾ ਦੇ ਰੂਪ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ। ਮੇਰੇ ਨਾਲ ਬਾਬਾ ਰਾਜਾ ਰਾਜ ਸਿੰਘ ਨੇ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਫਤਿਹ। ਬਾਬਾ ਜੀ, ਕੀ ਲੱਗਦਾ ਤੁਸੀਂ ਅੱਜ ਪ੍ਰਚਾਰ ਕਰਨ ਦੇ ਲਈ ਹੋ ਸਰਬਜੀਤ ਦੇ ਲਈ? ਦੇਖੋ, ਅੱਜ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਸਾਡਾ ਉਹ ਮਹਾਨ ਸ਼ਹੀਦ ਜਿਹਨੇ ਡਿੱਗੀ ਹੋਈ ਪੱਗ ਨੂੰ ਸਿਰ 'ਤੇ ਰੱਖਿਆ, ਭਾਈ ਬੇਅੰਤ ਸਿੰਘ ਉਹਨਾਂ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ, ਉਹ ਇੱਥੇ ਫਰੀਦਕੋਟ ਹਲਕੇ ਤੋਂ ਖੜ੍ਹੇ ਨੇ। ਅਤੇ ਜਿਹੜੀ ਥੋੜ੍ਹਾ ਸਮਾਂ ਪਹਿਲਾਂ ਹਵਾ ਉਹਨਾਂ ਦੇ ਹੱਕ ਚੱਲਣ ਲੱਗੀ ਸੀ, ਅੱਜ ਹਨੇਰੀ ਬਣ ਗਈ, ਤੂਫਾਨ ਬਣ ਗਿਆ। ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਵਾਹਨ, ਮੋਟਰਸਾਈਕਲ, ਗੱਡੀਆਂ, ਟਰੈਕਟਰ, ਟੈਂਪੂ, ਹੋਰ ਵੀ ਬਹੁਤ ਸਾਰੇ ਜਿਹੜੇ ਆਪੋ ਆਪਣੇ ਵਾਹਨ ਲੈ ਕੇ ਲੋਕ ਆਪ ਮੁਹਾਰੇ ਘਰਾਂ ਦੇ ਵਿੱਚੋਂ ਉੱਠ ਕੇ ਆਏ ਨੇ ਉਹਨਾਂ ਨੂੰ ਸਪੋਰਟ ਕਰਨ ਵਾਸਤੇ, ਉਹਨਾਂ ਨੂੰ ਵੋਟ ਪਾਉਣ ਵਾਸਤੇ। ਬਾਬਾ ਜੀ, ਇੱਕ ਮੇਰਾ ਸਵਾਲ ਇਹ ਹੈ ਕਿ ਪੰਥ ਕੌਮ ਤਾਂ ਇੱਕੋ ਹੀ, ਜਿਹੜੇ ਪੰਥਕ ਲੀਡਰ ਆ ਉਹ ਇੱਕ ਨਹੀਂ ਹੁੰਦੇ, ਕਿਉਂਕਿ ਜੇ ਦੂਸਰੇ ਪਾਸੇ ਇੱਕ ਜਿਹੜਾ ਗਾਇਕ ਖੜਾ ਹੋਇਆ ਕਰਮਜੀਤ ਅਨਮੋਲ, ਉਹਦੇ ਹੱਕ ਦੇ ਵਿੱਚ ਕਿੰਨੇ ਗਾਇਕ ਆ ਗਏ, ਪਰ ਜਿਹੜੇ ਪੰਥਕ ਲੀਡਰਾਂ ਦੀ ਗੱਲ ਕਰੀਏ ਉਹ ਖੁੱਲ੍ਹ ਕੇ ਨਹੀਂ ਸਪੋਰਟ ਦੇ ਵਿੱਚ ਆ ਰਹੇ। ਦੇਖੋ, ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ, ਹੁਣ ਪੰਥ ਦੇ ਹੱਕ ਦੇ ਵਿੱਚ ਹਵਾ ਵਗੀ ਆ, ਅਸਲ ਪੰਥ ਇਹ ਆ, ਬਾਦਲ ਕਹਿਣ ਉਹਨਾਂ ਤੁਸੀਂ ਪੰਥ ਕਹੋ, ਉਹ ਤਾਂ ਕਾਲੀ ਦਾਲ ਹੀ ਨੇ, ਉਹ ਪੰਥਕ ਨਹੀਂ ਹੈਗੇ, ਉਹ ਤਾਂ ਨਕਲੀ ਨੇ। ਪੰਜਾਬ ਦੇ ਪੰਥ ਦੀ ਪਿੱਠ ਦੇ ਵਿੱਚ ਸੁਰਾ ਮਾਰਨ ਵਾਲੇ ਬਾਦਲ ਕੀ ਨੇ, ਉਹ ਪੰਥ ਨਹੀਂ ਹੈਗਾ। ਅਤੇ ਜਿਹੜੇ ਪੰਥਕ ਆਗੂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ, ਦੇਖੋ ਆਪਾਂ ਆਪਣੇ ਵਖੇਰੇ, ਸਾਡੇ ਮਤਭੇਦ ਹੋ ਸਕਦੇ ਨੇ, ਉਹ ਬੈਠ ਕੇ ਨਿਪਟੇ ਜਾ ਸਕਦੇ ਨੇ, ਪਰ ਹੁਣ ਪੰਜਾਬ ਦੀ ਜਿੱਥੇ ਗੱਲ ਆਉਂਦੀ ਆ, ਸਾਡੀ ਅਣਖਾਂ ਦੀ ਗੱਲ ਆਉਂਦੀ ਆ, ਪੰਥ ਦੀ ਗੱਲ ਆਉਂਦੀ ਆ, ਇਹਨੂੰ ਬਚਾਉਣ ਵਾਸਤੇ ਸਾਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣਾ ਚਾਹੀਦਾ। ਜਿਹੜੇ ਨੌਜਵਾਨ ਆਜ਼ਾਦ ਖੜ੍ਹੇ ਨੇ, ਭਾਈ ਅੰਮ੍ਰਿਤਪਾਲ ਸਿੰਘ ਹੁਣ ਦਾ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਸਾਥ ਦਿੱਤਾ, ਮੈਂ ਤੁਹਾਡੇ ਚੈਨਲ ਰਾਹੀਂ ਅਪੀਲ ਕਰੂੰਗਾ, ਬੇਨਤੀ ਕਰੂੰਗਾ ਉਹਨੂੰ ਹੱਥ ਜੋੜ ਕੇ, ਕਿ ਫਰੀਦਕੋਟ ਹਲਕੇ ਦੇ ਵਿੱਚੋਂ ਆਪਾਂ ਨੇ ਭਾਈ ਸਰਬਜੀਤ ਸਿੰਘ ਦੀ ਕੁਰਬਾਨੀ ਦੇਖਣੀ ਹੈ, ਉਹਨਾਂ ਦੇ ਪਿਤਾ ਦੀ ਕੁਰਬਾਨੀ ਦੇਖਣੀ, ਇਹਨਾਂ ਨੂੰ ਵੋਟ ਪਾ ਕੇ ਜਿਤਾਉਣਾ, ਜਿਹੜਾ ਤੁਹਾਡਾ ਕੈਂਡੀਡੇਟ ਇੱਥੇ ਫਰੀਦਕੋਟ ਦੇ ਵਿੱਚ ਖੜ੍ਹਾ, ਉਹਨਾਂ ਨੂੰ ਵਾਪਸ ਲਿਆ ਜਾਵੇ, ਇਹ ਸਾਰਾ ਪੰਥ ਮੰਗ ਕਰਦਾ। ਅਤੇ ਹੋਰ ਮਹਾਰਾਜ ਕਿਰਪਾ ਕਰਨਗੇ, ਜਿਹੜੀ ਇਹ ਜਿੱਤ ਪੱਕੀ ਆ, ਮੋਹਰ ਲੱਗ ਗਈ ਅੱਜ। ਇੱਕ ਇਹ ਸਵਾਲ ਹੈ ਮੇਰਾ ਕਿ ਜੇ ਆਪਾਂ ਬਾਦਲ, ਸ਼੍ਰੋਮਣੀ ਅਕਾਲੀ ਬਾਦਲ ਦੀ ਗੱਲ ਕਰੀਏ, ਉਹ ਕਹਿੰਦੇ ਅਸੀਂ ਵੀ ਬਹੁਤ ਜੇਲ੍ਹਾਂ ਕੱਟੀਆਂ, ਵਿਰਸਾ ਸਿੰਘ ਬਟੂਆ ਕਹਿੰਦੇ ਨੇ ਮੇਰੇ 'ਤੇ ਬਹੁਤ ਵਾਰੀ NSA ਲੱਗੀ ਹੈ, ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੇਰੇ ਪਿਤਾ ਜੀ ਨੇ ਬਹੁਤ ਜੇਲ੍ਹਾਂ ਕੱਟੀਆਂ ਨੇ ਪੰਥ ਦੇ ਲਈ। ਉਹ ਜੇ ਜੇਲ੍ਹਾਂ ਕੱਟੀਆਂ ਨੇ ਇਹਨਾਂ ਨੇ, ਪੰਥ ਨੇ ਇਹਨਾਂ ਨੂੰ ਕਈ ਵਾਰੀ ਮੁੱਖ ਮੰਤਰੀ ਬਣਾਤਾ, ਕਈ ਵਾਰੀ ਰਾਜ ਭਾਗ ਦੇਤਾ, ਹੁਣ ਕੀ ਭਾਲਦੇ ਨੇ ਇਹ? ਹੁਣ ਤਾਂ ਖੇੜਾ ਛੱਡ ਦੇਣਾ, ਇੱਕ ਸੀਟ ਤਾਂ ਛੱਡ ਨਹੀਂ ਸਕੇ, ਹੋਰ ਕੀ ਕਰ ਦੇਣਗੇ ਇਹ? ਕਈ ਵਾਰੀ ਬਾਦਲ ਮੁੱਖ ਮੰਤਰੀ ਬਣ ਗਿਆ ਬਲਟੋਹਾ, ਕਈ ਵਾਰੀ ਰਾਜ ਭਾਗ ਦੇ ਬਹਿ ਕੇ, ਕਿੰਨੇ ਵਾਰੀ MLA ਬਣਾਤਾ ਉਹਨੂੰ, ਹਜੇ ਕੋਈ ਕਸਰ ਛੱਡੀ ਆ ਪੰਥ ਨੇ ਪੰਜਾਬ ਨੇ ਉਹਨਾਂ ਵਾਸਤੇ? ਜੇ ਉਹਨਾਂ ਨੂੰ ਕੁਛ ਕਰਿਆ, ਪੰਜਾਬ ਨੇ ਉਹਨਾਂ ਨੂੰ ਵਜ਼ੀਰੀਆਂ ਵੀ ਦਿੱਤੀਆਂ, ਉਹਨਾਂ ਨੂੰ ਰਾਜ ਗੱਦੀਆਂ ਵੀ ਦਿੱਤੀਆਂ, ਹੋਰ ਕੀ ਭਾਲਦੇ ਨੇ ਉਹ? ਹੁਣ ਤਾਂ ਖੇੜਾ ਛੱਡਦੇ, ਹੁਣ ਤਾਂ ਪੰਥ ਦੀ ਪੁਲਿਸ ਦੇ ਵਿੱਚ ਉਹਨਾਂ ਸੁਰਾ ਮਾਰਿਆ, ਹੁਣ ਉਹ ਪੰਥਕ ਨਹੀਂ ਰਹੇ, ਹੱਥ ਖੜ੍ਹੇ ਕਰਕੇ ਉਹ ਨਿਕਲੇ ਨੇ। ਹੈਂ,
ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕਰਤਾ। ਬੰਦੀ ਸਿੰਘ ਇਹਨਾਂ ਨੇ ਛੱਡਣ ਦਿੱਤੇ ਤੇ ਉਹਨਾਂ ਸਰਕਾਰਾਂ 'ਤੇ ਉਦੋਂ ਕੋਈ ਕਹਿੰਦਾ ਨਹੀਂ ਸੀ, ਅੱਜ ਇਹਨੂੰ ਬੰਦੀ ਸਿੰਘ ਵੀ ਯਾਦ ਆਉਂਦੇ ਨੇ। ਅਤੇ ਬੇਅਦਬੀਆਂ ਦਾ ਮਸਲਾ ਇਹਨਾਂ ਦੇ ਰਾਜ ਦੇ ਵਿੱਚ ਹੀ ਬੇਅਦਬੀ ਹੋਈ ਸੀ, ਉਹ ਤਾਂ ਕਹਿੰਦੇ ਸਾਨੂੰ ਕੀੜੀ ਤੂੜੀ ਤਾਂ ਆਉਂਦੀ ਦਿੰਦੀ, ਹੁਣ ਬੇਅਦਬੀ ਦਾ ਦੋਸ਼ੀ ਕਿਉਂ ਨਹੀਂ ਲੱਭੇ, ਅੱਜ ਤੱਕ ਨਹੀਂ ਮਿਲੇ ਉਹ। ਜੇ ਕੋਈ ਇਨਸਾਫ ਮੰਗਣ ਲੱਗ ਗਿਆ ਉਹਨਾਂ 'ਤੇ ਗੋਲੀ ਚਲਾ ਕੇ ਮਾਰਤੇ। ਇਸ ਕਰਕੇ ਬਹੁਤੀਆਂ ਗੱਲਾਂ ਦਾ ਘਰ ਹੁਣ ਲੋਕ ਸਾਰਾ ਕੁਝ ਸਮਝ ਰੱਖੇ ਨੇ, ਵਿਰਸੇ ਬਲਟੋਹੇ ਕਰਕੇ ਹੀ ਹੁਣ ਸਾਰਾ ਬੇੜਾ ਗਰਕੂਗਾ ਇਹਨਾਂ ਦਾ। ਅੱਗੇ ਤਾਂ ਦੋ ਚਾਰ ਸੀਟਾਂ ਲੈ ਜਾਂਦੇ ਹੁਣ ਉਹ ਵੀ ਨਹੀਂ ਆਉਣੀਆਂ। ਉਹ ਕਹਿੰਦਾ ਮੈਂ ਬਹੁਤ ਜ਼ਿਲ੍ਹਾ ਕੱਟ ਕੇ ਆ ਜੀ, ਮੇਰੇ 'ਤੇ NSA ਲੱਗੀ ਸੀ, ਜ਼ਿਲ੍ਹਾ ਕੱਟੀਆਂ ਉਹਨਾਂ ਨੂੰ ਰਾਜ ਭਾਗ ਬਥੇਰੇ ਵਾਰੀ MLA ਬਣਾਇਆ, ਵਜ਼ੀਰੀਆਂ ਬਥੇਰੀਆਂ, ਬਲਟੋਹੇ ਨੂੰ ਕਈ ਵਾਰੀ ਬਣਾਇਆ MLA, ਪਹਿਲਾਂ ਕਿੰਨੇ ਵਾਰੀ ਉਹਨੂੰ ਵਜ਼ੀਰੀ ਦਿੱਤੀ ਹੈ, ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਿਹਾ, ਹੋਰ ਹੁਣ ਉਹ ਕੀ ਭਾਲਦਾ ਗਾ, ਹੁਣ ਖੜਾ ਨਹੀਂ ਛੱਡ ਸਕਦਾ। ਪਰ ਜਿਹੜਾ ਕੇਰਾਂ ਕੁਰਸੀ ਨੂੰ ਚਿੰਬੜ ਜੇ ਉਹਦਾ ਛੱਡਣ ਨੂੰ ਤਿਆਗ ਜੀ ਨਹੀਂ ਕਰਦਾ ਹੈਗਾ, ਤਿਆਗ ਕਰਨਾ ਬਹੁਤ ਵੱਡਾ ਹੁੰਦਾ। ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ, ਅਸੀਂ ਨੌਕਰੀਆਂ ਦੇ ਦਿੱਤੀਆਂ। ਕਿਹੜਾ ਨਸ਼ਾ ਬੰਦ ਹੋਇਆ ਮੈਨੂੰ ਦੱਸਿਆ, ਤੁਸੀਂ ਘਰ ਘਰ ਨਸ਼ਾ, ਪਿੰਡ ਪਿੰਡ ਨਸ਼ਾ ਵੇਖਦਾ, ਘਰ ਘਰ ਨਸ਼ੇ ਨਸ਼ੇੜੀ ਹੋਏ ਬੈਠੇ ਨੌਜਵਾਨ ਹਰ ਰੋਜ਼ ਓਵਰ ਡੋਜ਼ਰਾਂ ਮਾਰ ਰਹੇ ਨੇ, ਅਤੇ ਨਸ਼ਾ ਲੈ ਕੇ ਆਉਣ ਵਾਲੇ ਬਾਦਲ ਕੇ ਨੇ। ਮਜੀਠੀਆ ਨਸ਼ੇ ਦਾ ਵੱਡਾ ਸਮਗਲਨ ਰਿਹਾ, ਜਿਹੜਾ ਜਗਦੀਸ਼ ਭੁੱਲਾ ਉਹ ਅੱਜ ਵੀ ਬੰਦ ਆ, ਉਹਨੇ ਸਰੇਆਮ ਕਹਿਤਾ ਸੀਗਾ ਇਹਦਾ ਵਿਚਰਮ ਵਿਕਰਮ ਮਜੀਠੀ ਦਾ ਨਾਂ ਆ ਗਿਆ ਸੀ, ਅਤੇ ਫਿਰ ਫੜਿਆ ਕਿਉਂ ਨਹੀਂ, ਕਿਉਂਕਿ ਇਹਨਾਂ ਦੇ ਤਕੜੇ ਨੇ, ਉੱਤੇ ਤੱਕ ਸੈਂਟਰ ਤੱਕ ਇਹਨਾਂ ਨੇ ਜਿਹੜੀਆਂ ਜਾ ਰਹੀਆਂ ਨੇ ਉਹਨਾਂ ਨਾਲ, RSS BJP ਨਾਲ ਜਾ ਰਹੀਆਂ ਇਹਨਾਂ ਦੀਆਂ, ਇਹਨਾਂ ਨੂੰ ਹੱਥ ਕਿਹੜਾ ਪਾਵੇ। ਇਹਦਾ ਤੇਰੇ ਮੇਰੇ ਵਰਗੇ ਨੇ ਜਿਹੜੇ ਝੋਟੇ ਹੋਣੀ ਨਸ਼ਾ ਬੰਦ ਕਰਨ 'ਤੇ ਲੱਗੇ ਹੋਏ ਨੇ, ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਕਰ ਦਿੰਦੇ ਨੇ। ਜਿਹੜਾ ਕੋਈ ਨੌਜਵਾਨ ਨਸ਼ੇ ਛਡਾਉਂਦਾ, ਅੰਮ੍ਰਿਤ ਛਕਾਉਂਦਾ, ਉਹਨੂੰ ਫੜ ਕੇ ਡਿਬਰੂਗੜ੍ਹ ਜੇਲ੍ਹ 'ਚ ਭੇਜ ਦਿੰਦੇ ਨੇ, ਨਸ਼ੇ ਲਾ ਦਿੰਦੇ। ਆਹ ਇਹਨਾਂ ਦੀਆਂ ਕੋਲ ਕਰਤੂਤਾਂ ਨੇ, ਪਰ ਹੁਣ ਪੰਥ ਜਾਗ ਚੁੱਕਿਆ, ਨੌਜਵਾਨ ਜਾਗ ਚੁੱਕੇ ਨੇ, ਹੁਣ ਬਦਲਾ ਇਹਨਾਂ ਤੋਂ ਲੈਣਗੇ ਵੋਟਾਂ ਰਾਹੀਂ। ਤੁਸੀਂ 1 ਤਰੀਕ ਡੀਕ ਰਹੇ ਨੇ, ਲੋਕ ਆਉਣ ਦਿਓ 1 ਤਰੀਕ ਨੂੰ, ਦੇਖੋ ਪੰਥ ਦੇ ਵਿੱਚ ਜਿਹੜੇ ਨੌਜਵਾਨ ਉਮੀਦਵਾਰ ਨੇ ਉਹਨਾਂ ਦੇ ਵਿੱਚ ਹੱਕ ਦੇ ਫਸਾ ਪਾਉਣ ਜੂਨ ਆ ਰਹੀ ਹੈ ਜੀ। ਜਿਹੜੇ ਲੋਕ ਸ਼ਹੀਦਾਂ ਦੀ ਗੱਲ ਕਰਦੇ ਸੀ ਅਤੇ ਅੱਜ ਉਹ ਸ਼ਹੀਦਾਂ ਦੀ ਸਪੋਰਟ ਦੇ ਵਿੱਚ ਨਹੀਂ ਖੜੇ, ਫਿਰ ਉਹ ਕਿਹੜੇ ਤਰੀਕੇ ਨਾਲ ਸ਼ਹੀਦੀ ਦੀ ਗੱਲ ਕਰਨਗੇ? ਇਹ ਤਾਂ ਹੁਣ ਜਿਹੜੇ ਲੋਕਾਂ ਨੇ, ਜਿਹੜੇ ਸਾਡੇ ਪੰਥ ਦੇ ਪੰਜਾਬ ਦੇ ਲੋਕ ਨੇ, ਉਹਨਾਂ ਨੇ ਉਹਨਾਂ ਨੂੰ ਸਵਾਲ ਕਰਨੇ ਨੇ ਵੀ ਤੁਸੀਂ ਕਿਹੜੇ ਮੂਹਰ ਨਾਲ ਆਏ ਹੋ, ਤੁਸੀਂ ਕੋਈ ਕਸਰ ਛੱਡੀ ਆ, ਤੁਹਾਨੂੰ ਕਿੰਨੇ ਵਾਰੀ ਰਾਜ ਭਾਗ 'ਤੇ ਉਠਾਇਆ, ਕਾਂਗਰਸ ਨੂੰ ਰਾਜ ਦਿੱਤਾ, ਬਾਦਲ ਕਿਆਂ ਨੂੰ ਰਾਜ ਦਿੱਤਾ, BJP ਨੂੰ ਰਾਜ ਦਿੱਤਾ, ਆਪ ਵਾਲਿਆਂ ਨੂੰ 12-92 ਸੀਟਾਂ ਜਿਤਾ ਕੇ ਦੇ ਦਿੱਤੀਆਂ, ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਪੰਜਾਬ ਦੇ ਵਿਹੜੇ ਹੀ ਗਰਕ ਕਰਿਆ। ਉਹ ਕਹਿੰਦੇ ਘੱਟ ਆ 13 ਹੋਰ ਦੇ ਦਿਓ, ਅਤੇ 7 ਦਿੱਤੀਆਂ ਸੀ, ਉਹ ਤਾਂ ਇਹਨਾਂ ਤੋਂ ਸਾਹਮੀਆਂ ਨਹੀਂ ਗਈਆਂ, 5-7 ਦੇ ਵਿੱਚੋਂ 2 ਲੋਕ ਸਭਾ ਦੇ ਪੰਜਾਬ ਦੇ ਲੈ ਨੇ, 5 ਬਾਹਰੇ ਲੈ ਲਏ, ਉਹ ਉਹੀ ਪੰਜਾਬ 'ਚੋਂ ਲੈ ਲੈਂਦੇ, ਅਤੇ ਪੰਜਾਬ ਨੂੰ ਤਾਂ ਪੰਜਾਬ 'ਚ ਕੋਈ ਨੌਕਰੀ ਨਹੀਂ ਹੈਗੀ। ਜੇ ਇੱਥੇ ਨੌਕਰੀਆਂ ਨਿਕਲਿਆ ਤਾਂ 10% ਸਾਡੇ ਪੰਜਾਬ ਦੇ ਰੱਖਦੇ ਨੇ, 90% ਬਾਹਰਲੇ ਰੱਖਦੇ ਨੇ, ਪੰਜਾਬ ਨਾਲ ਪਿਆਰ ਨਹੀਂ ਇਹਨਾਂ, ਦਿੱਲੀ ਨਾਲ, ਦਿੱਲੀ ਦੇ ਦਲਾਲ ਨੇ, ਦਿੱਲੀ ਨਾਲ ਜਾ ਰਹੀਆਂ ਨੇ, ਅਤੇ ਲੋਕ ਹੁਣ ਇਹਨਾਂ ਦਾ ਬਿਸਤਰਾ ਗੋਲ ਕਰਨਗੇ, ਜਿਵੇਂ ਬਾਦਲ ਕੇ ਇੱਥੋਂ ਤੋਰੇ ਨੇ, ਕੈਪਟਨ ਤੋਰਿਆ, ਹੁਣ ਭਗਵੰਤ ਮਾਨ ਹੋਣਾ ਦੀ ਵਾਰੀ ਆ। ਭਗਵੰਤ ਮਾਨ ਤਾਂ ਕਹਿੰਦਾ ਮੈਂ ਪੰਜਾਬ ਦਾ ਪੁੱਤ ਹਾਂ, ਅਤੇ ਪੰਜਾਬ ਦੇ ਤਾਂ ਸਾਰੇ ਪੁੱਤ ਨੇ, ਹਰੇਕ ਕਹਿੰਦਾ ਫਿਰ ਪੁੱਤਾਂ ਪੁੱਤ ਬਣ ਕੇ ਪੁੱਤਾਂ ਵਾਲਾ ਕੰਮ ਕਰੇ, ਦਿੱਲੀ ਦਾ ਦਲਾਲ ਆ ਉਹ, ਜੇ ਪੰਜਾਬ ਦਾ ਪੁੱਤ ਹੁੰਦਾ ਫਿਰ ਉਹ ਜਿਹੜਾ ਨਸ਼ੇ ਛਡਾ ਰਹੇ ਨੇ, ਜਿਹੜੇ ਅੰਮ੍ਰਿਤ ਛਕਾ ਰਹੇ ਨੇ, ਉਹਨਾਂ NSA ਲਾਉਂਦਾ, ਉਹਨੂੰ ਜੇਲ੍ਹਾਂ ਛੱਡਦਾ, ਬੰਦੀ ਸਿੰਘ ਰਹਾ ਕਿਉਂ ਨਹੀਂ ਕੀਤੇ। ਜੇ ਪੰਜਾਬ ਦਾ ਪੁੱਤ ਹੁੰਦਾ, ਜੇ ਉਹਨੇ ਕਹਿੰਦਾ ਸੀ ਮੈਂ ਬਦਲਾ ਲਿਆਊਂਗਾ, ਉਦੋਂ ਤਾਂ ਬਾਦਲ ਕਿਉਂ ਟਿੱਚਰਾਂ ਕਰਦਾ ਹੁੰਦਾ ਸੀ ਵੀ ਇਹਨਾਂ ਦੀ ਬੁੜੀ ਵੀ ਕੋਲਟਰੀਆਂ ਲਈ ਫਿਰਦੀ ਆ, ਇਹਨਾਂ ਦੀ ਮਾਮਾ ਵੀ ਕੋਲਟਰੀਆਂ ਲਈ ਫਿਰਦਾ, ਇਹਨਾਂ ਦਾ ਚਾਚਾ ਤਾਇਆ ਸਾਰਿਆਂ ਕੋਲ, ਹੁਣ ਆਪ ਕਿਹਨੂੰ ਨਹੀਂ ਦਿੱਤੀਆਂ ਨੇ, ਆਪ ਕਿੰਨੇ ਬੰਦੇ ਲਈ ਫਿਰਦੇ ਨੇ, ਜਿਹੜੇ ਕਹਿੰਦੇ ਸੀ ਆਮ ਆ ਹੁਣ ਉਹ ਖਾਸ ਬਣ ਗਏ, ਜਿਹੜੇ ਕਹਿੰਦੇ ਸੀ ਬਦਲਾ ਲਿਆਵਾਂਗੇ ਉਹ ਆਪ ਬਦਲ ਗਏ, ਤੁਹਾਡੇ ਕੋਲ ਹੀ ਆ। ਅੱਜ ਜਿਹੜੇ ਕਹਿੰਦੇ ਹੁੰਦੇ ਸੀ ਡਲਾ ਤੋਂ ਡਲਾ ਹੋਤਾ ਹੈ, ਅਤੇ ਫਿਰ ਹੁਣ ਆਉਣ ਸਾਹਮਣੇ ਲੋਕਾਂ ਦੇ, ਹੁਣ ਉਹ ਵੀ ਡਲਾ ਇਹਨਾਂ 'ਤੇ ਬੰਨਣਾ, ਜਿਹੜੇ ਆਪ ਲੋਕਾਂ ਦੇ ਤਵਾ ਲਾਉਣ ਦੂਜਿਆਂ 'ਤੇ, ਉਹ ਡਲਾ ਡਲਾ ਤਾਂ ਡਲਾ ਹੀ ਹੁੰਦਾ, ਫਿਰ ਉਹ ਬੰਨਣਗੇ, ਹੁਣ ਤਾਂ ਅਸੀਂ ਨੰਗੇ ਸਿਰ ਚੜ ਹੋ ਕੇ, ਪੁਲਿਸ ਇੰਨੀ ਪੁਲਿਸ ਲੈ ਕੇ ਕਿਉਂ ਆਉਂਦੇ ਨੇ, ਜੇ ਆਪ ਨੇ ਫਿਰ ਪੁਲਿਸ, ਜੇ ਕਹਿੰਦੇ ਸੀ ਵੀ ਸਾਡੇ ਕੰਮ ਵਾਸਤੇ ਅਸੀਂ ਵੋਟ ਮੰਗਾਂਗੇ,
ਫਿਰ ਲੋਕਾਂ ਦੇ ਵਿੱਚ ਆ ਕੇ ਕੰਮ ਪੁੱਛ ਲੈਣ ਵੀ ਅਸੀਂ ਕੰਮ ਕਿਹਦੇ ਨੇ ਵੋਟ ਪਾ ਦਿਓ ਜੀ, ਫਿਰ ਕਾਹਨੂੰ ਕਾਫਲੇ ਹਜ਼ਾਰਾਂ ਦੀਆਂ ਗੱਡੀਆਂ ਲਈ ਫਿਰਦੇ ਦਗੜ ਦਗੜ ਕਰਦੇ। ਅੱਛਾ ਇੱਕ ਦੂਸਰੇ ਪਾਸੇ ਭਾਜਪਾ ਦਾ ਹੰਸਰਾਜ ਹੰਸ ਖੜਾ, ਉਹ ਕਹਿੰਦਾ ਮੈਂ ਬਹੁਤ ਗਰੀਬ ਆ, ਗਰੀਬਾਂ ਦਾ ਮਸੀਹਾ ਮੈਂ। ਉਹ ਕਾਹਦਾ ਗਰੀਬਾਂ ਦਾ ਮਸੀਹਾ, ਗੁਰੂ ਨਾਲ ਰੁਪਈਆ ਉਹਦੇ ਕੋਲ ਇਕੱਠਾ ਕਰਿਆ ਹੋਇਆ, ਉਹ ਗਰੀਬਾਂ ਦਾ ਮਸੀਹਾ ਕਾਹਨੂੰ, ਉਹ ਤਾਂ ਭਾਜਪਾ ਦਾ ਮਸੀਹਾ, ਭਾਜਪਾ ਵਾਲਿਆਂ ਦੀਆਂ ਗੱਲਾਂ ਕਰਦਾ। ਉਹ ਤਾਂ ਕਹਿੰਦਾ ਹੁੰਦਾ ਜੀ ਮੈਂ ਇਹਦੀ ਇੰਟਰਵਿਊ ਸੁਣ ਲਓ ਇਸੇ ਦੀ, ਕਹਿੰਦਾ ਸੀ ਮੈਂ ਤਾਂ ਇੱਕ ਵਾਰੀ MP ਬਣਨਾ ਸੀ, ਬਣ ਗਿਆ, ਮੈਂ ਤਾੜੀ ਭੰਨਣੀ ਦੀ ਭੰਨਤੀ, ਆ ਦੁਬਾਰੇ ਹੁਣ ਕੀ ਇੱਥੇ ਕੀ ਕਰਨਾ ਆ, ਦੁਬਾਰੇ ਫਿਰ ਖੜ ਗਿਆ। ਜਿਹੜੇ ਕੁਰਸੀ ਨੂੰ ਇੱਕ ਵਾਰੀ ਚਿੰਬੜ ਜੇ ਲਾਲਚ ਨਹੀਂ ਛੱਡਦਾ ਹੁੰਦਾ, ਹੁਣ ਇਹਨਾਂ ਨੇ ਬੁਰੀ ਬਣਨੀ ਆ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਰਿਜੈਕਟ ਕਰਨਾ, ਇਹਨਾਂ ਨੂੰ ਰੱਦ ਕਰ ਦੇਣਾ, ਤੁਹਾਡੇ ਸਾਹਮਣੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਣਾ ਸੀ ਸਰ।